ਕੀਤੀ ਹੈ, ਉਹਦੇ 'ਚ 8 ਮਹੀਨੇ ਹੋ ਗਏ ਆ ਉਸ ਕੈਂਪੇਨ ਸਟਾਰਟ ਹੋਈ ਨੂੰ। ਸੋ 8 ਮਹੀਨੇ ਦੇ ਵਿੱਚ ਪੰਜਾਬ ਪੁਲਿਸ ਨੇ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਦੀ ਅਗਵਾਈ 'ਚ ਕਾਫੀ ਉਪਲਬਧੀਆਂ ਕੀਤੀਆਂ, ਜਿਹਦੇ 'ਚ ਪਿਛਲੇ 8 ਮਹੀਨੇ ਦੇ ਵਿੱਚ 8458 ਐੱਫ ਆਈ ਆਰ ਦਰਜ ਹੋਈਆਂ ਐੱਨ ਡੀ ਪੀ ਐੱਸ ਐਕਟ ਦੇ ਤਹਿਤ। 11,360 ਜਿਹੜੇ ਆ ਉਹ ਸਮਗਲਰ ਜਿਹੜੇ ਅਰੈਸਟ ਕੀਤੇ ਆ, ਇਹਦੇ ਵਿੱਚ 962 ਕੇਸ ਜਿਹੜੇ ਨੇ ਉਹ ਕਮਰਸ਼ੀਅਲ ਕੁਆਂਟਿਟੀ ਦੇ ਕੇਸ ਆ, ਜਿਹਦੇ 'ਚ 1628 ਵੱਡੇ ਸਮਗਲਰ ਜਿਹੜੇ ਉਹ ਅਰੈਸਟ ਕੀਤੇ ਗਏ ਆ। ਮੀਡੀਅਮ ਕੁਆਂਟਿਟੀ ਦੇ 6383 ਕੇਸਿਸ ਆ, ਸਮਾਲ ਕੁਆਂਟਿਟੀ ਦੇ 1126 ਕੇਸਿਸ ਆ। ਐੱਫ ਆਈ ਆਰ ਜਦੋਂ ਆਪਾਂ ਗੱਲ ਕਰਦੇ ਹਾਂ, ਸਭ ਤੋਂ ਵੱਧ ਐੱਫ ਆਈ ਆਰ ਜਿਹੜੀਆਂ ਨੇ ਫਿਰੋਜ਼ਪੁਰ 'ਚ ਦਰਜ ਹੋਈਆਂ 604 ਐੱਫ ਆਈ ਆਰ ਕਮਿਸ਼ਨਰੇਟ ਅੰਮ੍ਰਿਤਸਰ 'ਚ ਦਰਜ ਹੋਈਆਂ, 513 ਐੱਫ ਆਈ ਆਰ ਜਿਹੜੀਆਂ ਨੇ ਉਹ ਪਟਿਆਲਾ 'ਚ ਦਰਜ ਹੋਈਆਂ। ਕਮਰਸ਼ੀਅਲ ਕੁਆਂਟਿਟੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕਮਰਸ਼ੀਅਲ ਕੁਆਂਟਿਟੀ ਦੀਆਂ ਐੱਫ ਆਈ ਆਰ ਪਟਿਆਲੇ 'ਚ 85 ਦਰਜ ਹੋਈਆਂ, ਲੁਧਿਆਣਾ ਕਮਿਸ਼ਨਰੇਟ ਦੇ ਵਿੱਚ 57 ਅਤੇ ਐੱਸ ਟੀ ਐੱਫ ਜਿਹੜਾ ਪੁਲਿਸ ਸਟੇਸ਼ਨ ਹੈ ਐੱਸ ਏ ਐੱਸ ਨਗਰ ਦੇ ਵਿੱਚ 57 ਐੱਫ ਆਈ ਆਰ ਉੱਥੇ ਦਰਜ ਹੋਈਆਂ। ਮੀਡੀਅਮ ਕੁਆਂਟਿਟੀ ਦੀਆਂ ਸਭ ਤੋਂ ਵੱਧ ਫਿਰੋਜ਼ਪੁਰ 'ਚ 619 ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਅਤੇ 379 ਜਿਹੜੀਆਂ ਨੇ ਪਟਿਆਲੇ 'ਚ ਦਰਜ ਹੋਈਆਂ। ਇਸ ਸਮੇਂ ਦੇ ਦੌਰਾਨ ਹੈਰੋਇਨ ਦੀ ਬੜੀ ਭਾਰੀ ਮਾਤਰਾ ਦੇ ਵਿੱਚ ਰਿਕਵਰੀ ਹੋਈ ਹੈ, ਜਿਹੜੀ ਕਿ 760 ਕਿਲੋ ਹੈਰੋਇਨ ਦੀ ਰਿਕਵਰੀ ਹੋਈ 8 ਮਹੀਨੇ 'ਚ, ਜਿਹਦੇ 'ਚੋਂ 612 ਕਿਲੋ ਦੇ ਕਰੀਬ ਜਿਹੜੀ ਆ ਉਹ ਪੰਜਾਬ ਦੇ ਅੰਦਰੋਂ ਹੋਈ ਆ, 147.5 ਕਿਲੋ ਦੀ ਜਿਹੜੀ ਰਿਕਵਰੀ ਆ ਉਹ ਮਹਾਰਾਸ਼ਟਰ ਅਤੇ ਗੁਜਰਾਤ ਪੋਰਟਸ ਤੋਂ ਹੋਈ ਆ, ਜਿਹਦੇ ਵਿੱਚ ਪੰਜਾਬ ਪੁਲਿਸ ਦਾ ਪ੍ਰੋਐਕਟਿਵ ਰੋਲ ਸੀਗਾ, ਪੰਜਾਬ ਪੁਲਿਸ ਨੇ ਹੀ ਉਹ ਜਿਹੜੀ ਇਫੈਕਟਿਵ ਰਿਕਵਰੀ ਕਰਾਈ। ਓ ਪੀ ਐੱਮ ਦੀ 464 ਕਿਲੋ ਦੀ ਰਿਕਵਰੀ ਹੋਈ ਆ, ਪੋਪੀ ਹਸਕ ਦੀ 269 ਕੁਇੰਟਲ ਦੀ ਰਿਕਵਰੀ ਹੈ ਇਸ ਪੀਰੀਅਡ 'ਤੇ, ਚਰਸ ਦੀ 39 ਕਿਲੋ ਦੀ ਰਿਕਵਰੀ ਹੈ, ਗਾਂਜਾ 586 ਕਿਲੋ ਦੀ ਰਿਕਵਰੀ ਹੈ, ਜਿਹੜੇ ਇੰਜੈਕਸ਼ਨ ਟੈਬਲੇਟਸ ਕੈਪਸੂਲ ਜਿਹੜੇ ਮੈਡੀਕਲ ਡਰੱਗਸ ਆ ਉਹ 53,73,000 ਔਰ 311 ਜਿਹੜੇ ਨੇ ਯੂਨਿਟਸ ਇਸ ਪੀਰੀਅਡ ਦੇ ਦੌਰਾਨ ਜਿਹੜੇ ਨੇ ਰਿਕਵਰੀ ਕੀਤੀ ਗਈ ਹੈ। ਡਰੱਗ ਮਨੀ ਬਹੁਤ ਭਾਰੀ ਮਾਤਰਾ ਦੇ ਵਿੱਚ 10 ਕਰੋੜ ਤੋਂ ਉੱਪਰ ਦੀ ਜਿਹੜੀ ਆ ਡਰੱਗ ਮਨੀ ਰਿਕਵਰ ਹੋਈ ਹੈ। 2136 ਵਹੀਕਲ ਜਿਹੜੇ ਨੇ ਕਨਫਿਸਕੇਟ ਕੀਤੇ ਗਏ ਆ ਜਿਹੜੇ ਡਰੱਗਸ ਦੇ ਕੇਸਿਸ 'ਚ ਇਨਵੋਲਵ ਸੀਗੇ, ਔਰ ਸਪੈਸ਼ਲ ਕੈਂਪੇਨ ਜਿਹੜੀ ਚਲਾਈ ਗਈ ਸੀ ਪੀ ਓਜ਼ ਦੇ ਖਿਲਾਫ ਉਹਦੇ 'ਚ ਹੁਣ ਤੱਕ 8 ਮਹੀਨੇ 'ਚ 749 ਜਿਹੜੇ ਪੀ ਓਜ਼ ਆ ਐੱਨ ਡੀ ਪੀ ਐੱਸ ਐਕਟ ਦੇ ਉਹ ਪੀ ਓਜ਼ ਅਰੈਸਟ ਕੀਤੇ ਗਏ ਆ। ਸੋ ਕਾਫੀ ਵੱਡੀ ਮਾਤਰਾ 'ਚ ਇਸੇ ਤਰ੍ਹਾਂ ਹੀ, ਕਿਉਂਕਿ ਵੀਕਲੀ ਮੁਹਿੰਮ ਆਪਣੀ ਜਾਰੀ ਹੈ ਇਹਦੇ ਸੰਬੰਧ 'ਚ। ਸੋ ਇਸ ਵੀਕ ਦੇ ਵਿੱਚ 199 ਐੱਫ ਆਈ ਆਰ ਦਰਜ ਹੋਈਆਂ, ਇਸ ਵੀਕ 'ਚ 234 ਅਕਿਊਜ਼ ਫੜੇ ਗਏ ਆ, 22 ਕਮਰਸ਼ੀਅਲ ਕੁਆਂਟਿਟੀ ਦੀਆਂ ਐੱਫ ਆਈ ਆਰ ਦਰਜ ਹੋਈਆਂ ਅਤੇ 27 ਜਿਹੜੇ ਨੇ ਵੱਡੇ ਸਮਗਲਰ ਇਸ ਹਫ਼ਤੇ ਦੇ ਦੌਰਾਨ ਫੜੇ ਗਏ। ਇਸ ਹਫ਼ਤੇ 'ਚ ਸਭ ਤੋਂ ਵੱਧ ਜਲੰਧਰ ਰੂਰਲ 'ਚ 16 ਐੱਫ ਆਈ ਆਰ ਦਰਜ ਹੋਈਆਂ, 13 ਪਟਿਆਲਾ 'ਚ ਦਰਜ ਹੋਈਆਂ, 13 ਫਿਰੋਜ਼ਪੁਰ 'ਚ ਦਰਜ ਹੋਈਆਂ। ਕਮਰਸ਼ੀਅਲ ਕੁਆਂਟਿਟੀ ਦੀਆਂ 3 ਗੁਰਦਾਸਪੁਰ 'ਚ, 3 ਪਟਿਆਲਾ 'ਚ, 3 ਸੰਗਰੂਰ 'ਚ ਐੱਫ ਆਈ ਆਰ ਦਰਜ ਹੋਈਆਂ। ਔਰ ਇਸ ਹਫ਼ਤੇ ਦੇ ਦੌਰਾਨ ਜਿਹੜੀ ਆ ਉਹ 7 ਕਿਲੋ ਹੈਰੋਇਨ ਦੀ ਰਿਕਵਰੀ ਹੋਈ ਹੈ, 10 ਕਿਲੋ ਓ ਪੀ ਐੱਮ ਦੀ ਰਿਕਵਰੀ ਹੋਈ ਹੈ, ਇੰਜੈਕਸ਼ਨ ਟੈਬਲੇਟਸ ਦੀ 59,271 ਜਿਹੜੇ ਨੇ ਰਿਕਵਰ ਕੀਤੇ ਗਏ, ਅਤੇ ਪੀ ਓਜ਼ ਅਬਸਕੋਂਡਰ ਜਿਹੜੇ ਨੇ 25 ਪੀ ਓ ਅਬਸਕੋਂਡਰ ਇਸ ਹਫ਼ਤੇ ਦੇ ਵਿੱਚ ਫੜੇ ਗਏ। ਸੋ ਇਹ ਪਿਛਲੇ 8 ਮਹੀਨੇ ਦੇ ਵਿੱਚ ਜਿਹੜੀ ਆ ਸਾਡੀ 3 ਫਰੰਟਸ 'ਤੇ ਸਪੈਸ਼ਲ ਕੈਂਪੇਨ ਚੱਲ ਰਹੀ ਹੈ, ਡਰੱਗਸ 'ਤੇ ਚੱਲ ਰਹੀ ਹੈ, ਗੈਂਗਸਟਰਸ 'ਤੇ ਚੱਲ ਰਹੀ ਹੈ ਔਰ ਟੈਰਰਿਸਟ 'ਤੇ ਚੱਲ ਰਹੀ ਹੈ। ਸੋ ਡਰੱਗਸ ਦਾ ਜਿਹੜਾ ਅੱਜ ਦਾ ਮੇਨ ਫੋਕਸ ਜਿਹੜਾ ਆਪਣਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਉਹ ਡਰੱਗਸ ਦਾ ਸੀਗਾ, ਜਿਹਦੇ 'ਚ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਹੋਈਆਂ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਕੁਛ ਸਪੈਸ਼ਲ ਕੈਂਪੇਨਸ ਚਲਾਈਆਂ ਗਈਆਂ ਪਿਛਲੇ ਦਿਨਾਂ 'ਚ, ਜਿਹਦੇ 'ਚ ਇੱਕ ਸਪੈਸ਼ਲ ਚੈਕਿੰਗ ਜਿਹੜੀ ਆ ਉਹ ਆਰਮਸ ਐਕਟ ਵਾਲੇ ਜਿਹੜੇ ਲੋਕ ਜਿਹੜੇ ਅਕਿਊਜ਼ਡ ਆਰਮਸ ਐਕਟ 'ਚ ਬੁੱਕਡ ਸੀਗੇ, ਜਿਹੜੇ ਬੇਲ 'ਤੇ ਆਏ ਹੋਏ ਆ, ਉਹਨਾਂ ਦੀ ਇੱਕ ਸਪੈਸ਼ਲ ਚੈਕਿੰਗ ਕੀਤੀ ਗਈ, ਜਿਹ 'ਚ 1340 ਜਿਹੜੇ ਨੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਦੋਸ਼ੀ ਆ, 400 ਪੁਲਿਸ ਟੀਮਾਂ ਬਣਾ ਕੇ ਉਹਨਾਂ ਨੂੰ ਚੈੱਕ ਕੀਤਾ ਗਿਆ। ਇਹਦਾ ਮੇਨ ਫੋਕਸ ਸੀਗਾ ਕਿ ਉਹਨਾਂ 'ਤੇ ਕੋਂਸਟੈਂਟ ਟੈਬ ਰੱਖਣਾ, ਉਹਨਾਂ ਦੇ ਉੱਤੇ ਕੋਂਸਟੈਂਟ ਸਰਵੇਲੈਂਸ ਰੱਖਣੀ ਕਿ ਉਹ ਕਿੱਦਾਂ ਦੀ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਆ। ਸੋ ਇਹ ਵਾਲੀ ਜਿਹੜੀ ਮੁਹਿੰਮ ਆ, ਜਿੱਦਾਂ ਆਰਮਸ ਐਕਟ ਦੇ ਖਿਲਾਫ, ਡਰੱਗਸ ਦੇ ਖਿਲਾਫ ਇਹਨਾਂ ਦੀ ਸਰਵੇਲੈਂਸ ਚੈਕਿੰਗ, ਉਹ ਰੈਗੂਲਰ ਇੱਕ ਫੀਚਰ ਆ ਸਾਡਾ। ਇਸੇ ਤਰ੍ਹਾਂ ਇੱਕ ਸਪੈਸ਼ਲ ਓਪਰੇਸ਼ਨ ਚਲਾਇਆ ਗਿਆ ਸੀਗਾ ਜਿਹਨੂੰ ਓਪਰੇਸ਼ਨ ਸੀਲ 2 ਦਾ ਨਾਮ ਦਿੱਤਾ ਸੀਗਾ, ਜਿਹੜਾ ਕਿ ਕਿਉਂਕਿ G20 ਦੀ ਸਬਮਿਟ ਚੱਲ ਰਹੀ ਆ, ਉਹਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਸਟੇਟ ਦੇ ਵਿੱਚ ਹੋਰ ਪੁਖਤਾ ਕੀਤੇ ਗਏ ਸੀਗੇ। ਸੋ ਇਸ ਮੁਹਿੰਮ ਦੇ ਵਿੱਚ ਜਿਹੜੇ ਸਾਡੇ ਐਂਟਰੀ ਪੁਆਇੰਟਸ ਅਤੇ ਐਗਜ਼ਿਟ ਪੁਆਇੰਟਸ ਆ, 10 ਜਿਹੜੇ ਇੰਟਰ ਸਟੇਟ ਬਾਰਡਰ ਡਿਸਟ੍ਰਿਕਟਸ ਆ ਸਾਡੇ, ਉੱਥੇ ਨਾਕੇ ਲਾਏ ਗਏ ਸੀ, ਜਿਹਦੇ ਵਿੱਚ 112 ਨਾਕੇ ਲਾਏ ਗਏ ਸੀਗੇ। ਔਰ ਇਸ ਨਾਕਿਆਂ ਦੇ ਦੌਰਾਨ 5669 ਵਹੀਕਲ ਚੈੱਕ ਕੀਤੇ ਗਏ, ਜਿਹਦੇ 'ਚ 300 ਤੋਂ ਉੱਪਰ ਵਹੀਕਲਸ ਨੂੰ ਚਲਾਨ ਕੀਤਾ ਗਿਆ, 39 ਤੋਂ ਉੱਪਰ ਵਹੀਕਲ ਜਿਹੜੇ ਨੇ ਇੰਪਾਊਂਡ ਕੀਤੇ ਗਏ। ਔਰ ਡਿਊਰਿੰਗ ਸਰਚ ਜਿਹੜਾ ਇਹ ਵਾਲਾ ਜਿਹੜੇ ਓਪਰੇਸ਼ਨ ਚਲਾਇਆ ਗਿਆ ਸੀਗਾ, 21 FIR ਦਰਜ ਕੀਤੀਆਂ ਗਈਆਂ, ਜਿਹਦੇ 'ਚ NDPS ਐਕਟ ਦੀਆਂ FIRs, ਉਹਦੇ 'ਚ ਕਾਫੀ ਰਿਕਵਰੀਜ਼ ਹੋਈਆਂ। 3.5 ਕਿਲੋ ਤੋਂ ਉੱਪਰ OPM ਰਿਕਵਰ ਹੋਈ, ਕੁਛ ਹੈਰੋਇਨ ਰਿਕਵਰ ਹੋਈ, 3 ਕਿਲੋ ਪਾਪੀ ਹਸਕ ਰਿਕਵਰ ਹੋਈ। ਮਤਲਬ ਕੇਸ ਬਾਏ ਕੇਸ ਸਮਾਲ ਕੁਆਂਟਿਟੀ ਸੀ, ਬਟ ਇਫੈਕਟਿਵ ਚੈਕਿੰਗ ਸੀਗੀ। ਸੋ ਇਹਦਾ ਕਾਫੀ ਵੱਡਾ ਡਿਟਰੈਂਟ ਇਫੈਕਟ ਜਿਹੜਾ ਉਹ ਦੇਖਣ ਦੇ ਵਿੱਚ ਮਿਲਿਆ। ਸੋ ਇਹ ਸਪੈਸ਼ਲ ਜਿਹੜੀ ਸਾਡੀ ਕੰਪੇਨ ਆ ਉਹ ਲਗਾਤਾਰ ਜਾਰੀ ਆ, ਔਰ ਸਪੈਸ਼ਲ ਓਪਰੇਸ਼ਨ ਕੋਆਰਡੀਨੇਟ ਸਰਚ ਓਪਰੇਸ਼ਨ ਉਹ ਵੀ ਸਾਡੇ ਚੱਲ ਰਹੇ ਆ ਪੂਰੇ ਸਟੇਟ। ਨਹੀਂ ਦੇਖੋ, ਉੱਥੇ ਵੀ ਹੁੰਦੇ ਆ, ਕਿਉਂਕਿ ਬਹੁਤ ਸਾਰੀ ਜਿਹੜੀ ਸਾਡੀ ਬਾਰਡਰ ਦੀ ਰਿਕਵਰੀ ਹੈ ਨਾ, ਜੋ STF ਬੇਸਡ ਕਾਫੀ ਓਪਰੇਸ਼ਨ ਹੁੰਦੇ ਆ, ਜਿੱਦਾਂ ਤੁਸੀਂ ਦੇਖਿਆ STF ਦੀਆਂ 57 FIR ਇਹਦੇ ਵਿੱਚ। ਤੋ STF ਦਾ ਏਰੀਆ ਆਫ ਜੁਰਿਸਡਿਕਸ਼ਨ ਆ ਪੂਰੀ ਸਟੇਟ ਆ। ਸੋ ਬਹੁਤ ਸਾਰੀਆਂ ਬਾਰਡਰ ਏਰੀਆ ਦੇ ਵਿੱਚ ਜਿਹੜੀਆਂ ਰਿਕਵਰੀਜ਼ ਹੁੰਦੀਆਂ ਉਹ ਕਿਉਂਕਿ ਸੰਵੇਦਨਸ਼ੀਲ ਹੁੰਦਾ ਹੈ, ਸੈਂਸਿਟਿਵ ਹੁੰਦਾ ਹੈ, ਤੋ ਕਾਫੀ ਰਿਕਵਰੀਜ਼ STF ਵੱਲੋਂ ਕੀਤੀਆਂ ਜਾਂਦੀਆਂ। ਸੋ ਇਹ ਨਹੀਂ ਹੈ ਕਿ ਪਟਿਆਲੇ 'ਚ ਬਾਰਡਰ ਏਰੀਆ 'ਚ ਨਹੀਂ ਹੋ ਰਹੀਆਂ, ਬਾਰਡਰ ਏਰੀਆ 'ਚ ਬੜੀ ਵੱਡੀ ਕੁਆਂਟਿਟੀ 'ਚ ਰਿਕਵਰੀਜ਼ ਹੋ ਰਹੀਆਂ, ਪਰ ਉਸ 'ਚੋਂ ਬਹੁਤ ਸਾਰੀਆਂ, ਜਿਵੇਂ ਹੁਣ ਮੰਨ ਲਓ ਅੰਮ੍ਰਿਤਸਰ ਰੂਰਲ 'ਚ ਜੇ 80 ਰਿਕਵਰੀਜ਼ ਹੋਈਆਂ ਤਾਂ ਉਹਦੇ 'ਚੋਂ 20 STF ਨੇ ਕੀਤੀਆਂ, 60 ਰੂਰਲ ਨੇ ਕੀਤੀਆਂ, ਤੋ ਫਿਰ ਅੰਮ੍ਰਿਤਸਰ ਰੂਰਲ 4th, 5th, 6th ਨੰਬਰ 'ਤੇ ਚਲਾ ਜਾਂਦਾ ਉਹਦੇ। ਸੋ ਡਿਸਟ੍ਰੀਬਿਊਟ ਹੋ ਜਾਂਦਾ ਆਪਸ ਵਿੱਚ। G20 ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਨੇ? ਦੇਖੋ ਇਹਦੇ 'ਚ ਨਾ ਡਿਸਕਲੋਜ ਜਿਹੜੀਆਂ ਨਿਟੀਗ੍ਰੇਟਿਵ ਤਾਂ ਮੈਂ ਡਿਸਕਲੋਜ ਨਹੀਂ ਕਰ ਸਕਦਾ, ਬਟ ਅੱਜ ਸਾਡੇ DGP ਸਾਹਿਬ ਵੀ ਅੰਮ੍ਰਿਤਸਰ ਗਏ ਹੋਏ ਆ। ਸੋ ਸਾਡੇ ਸਾਰੇ ਸੀਨੀਅਰ ਆਫਿਸਰਸ ਉਹਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਨੇ ਸਿਕਿਉਰਿਟੀ ਅਰੇਂਜਮੈਂਟਸ ਦੇ ਵਿੱਚ। ADGP ਸਿਕਿਉਰਿਟੀ ਮਿਸਟਰ ਸੁਧਾਂਸ਼ੂ ਸ਼੍ਰੀਵਾਸਤਵ ਜੀ ਉਹ ਨੋਡਲ ਆਫਿਸਰ ਨੇ ਪੰਜਾਬ ਪੁਲਿਸ ਦੇ, ਜਿਹੜੇ ਸਾਰੇ ਸਿਕਿਉਰਿਟੀ ਅਰੇਂਜਮੈਂਟਸ ਦੀ ਦੇਖ ਰੇਖ ਕਰ ਰਹੇ ਆ, ਔਰ ਪੁਖਤਾ ਪ੍ਰਬੰਧ ਕੀਤੇ ਗਏ ਆ। ਹਰ ਤਰ੍ਹਾਂ ਦੀ ਇਵੈਂਚੁਅਲਿਟੀ, ਹਰ ਤਰ੍ਹਾਂ ਦੇ ਜਿਹੜੇ ਇਨਪੁੱਟਸ ਆ, ਹਰ ਤਰ੍ਹਾਂ ਦੀ ਜਿਹੜੀ ਯੂ ਕੈਨ ਸੇ ਕਿ ਜੋ ਵੀ ਥ੍ਰੈਟ ਦੀ ਪੋਸੀਬਿਲਿਟੀ ਹੈਗੀ ਉਹਦੇ ਮੱਦੇਨਜ਼ਰ ਰੱਖਦੇ ਹੋਏ ਸਿਕਿਉਰਿਟੀ ਅਰੇਂਜਮੈਂਟਸ ਜਿਹੜੇ ਕੀਤੇ ਗਏ। ਮੈਂ ਉਹੀ ਕਹਿ ਰਿਹਾ, ਸਾਰੀ ਤਰ੍ਹਾਂ ਦੇ ਦੇਖੋ ਪ੍ਰੋਟੈਸਟਸ, ਪ੍ਰੋਸੈਸ਼ਨਸ, ਕਿਸੇ ਤਰ੍ਹਾਂ ਦਾ ਸਿਕਿਉਰਿਟੀ ਥ੍ਰੈਟ, ਕਿਸੇ ਤਰ੍ਹਾਂ ਦੀਆਂ ਹੋਰ ਇਨਪੁੱਟਸ, ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਚੀਜ਼ ਨੂੰ ਇਨਕਲੂਡ ਕਰਕੇ ਫਿਰ ਉਹ ਜਿਹੜੇ ਪ੍ਰਬੰਧ ਸਿਕਿਉਰਿਟੀ ਦੇ ਕੀਤੇ ਗਏ ਉਹਦੇ ਵਿੱਚ। ਅੱਛਾ, ਇਹ ਰਿਵਾਈਵਲ ਆਫ ਖਾਲਿਸਤਾਨ ਬਾਰ-ਬਾਰ ਆ ਰਹਾ ਹੈ, ਉਸ ਪੇ ਕੀ ਸਟ੍ਰੈਟੇਜਿਕ ਪਲਾਨ ਹੈ ਪੰਜਾਬ ਪੁਲਿਸ ਦਾ? ਦੇਖਿਏ, ਪੰਜਾਬ ਪੁਲਿਸ ਹਮਾਰੇ ਸਪੈਸ਼ਲਾਈਜ਼ਡ ਵਿੰਗਸ ਹੈ, ਪੰਜਾਬ ਪੁਲਿਸ ਮੇਂ ਇੰਟੈਲੀਜੈਂਸ ਕੇ ਇਲਾਵਾ ਹਮਾਰਾ ਇੰਟਰਨਲ ਸਿਕਿਉਰਿਟੀ ਵਿੰਗ ਹੈ, ਕਾਊਂਟਰ ਇੰਟੈਲੀਜੈਂਸ ਵਿੰਗ ਹੈ,
तो सारे के सारे विंग्स आपस में और बाकी जो सेंट्रल एजेंसीज हैं उनके साथ बहुत अच्छे कोऑर्डिनेशन से काम कर रही है। किसी भी तरह का जो सिक्योरिटी थ्रेट है उसको काउंटर करने के लिए पंजाब पुलिस पूरी तरह से सक्षम है, और पीस और सिक्योरिटी को मेंटेन करना और लॉ एंड ऑर्डर को मेंटेन करने के लिए पूरी तरह से डिटरमिंड है और प्रिपेयर्ड है पंजाब पुलिस। सर, एनएचए ने एक जो लेटर लिखी है पंजाब पुलिस को प्राइम मिनिस्टर की सिक्योरिटी को लेके, उसमें क्या? नहीं, उस पे मैं कमेंट्स नहीं कर सकता हूं जी, वो मेरे लेवल का इशू नहीं है। लेकिन उसके बाद भी बहुत सारी वीडियो सामने आ रही है जिसके शिकार बच्चे शिकार हो रहे हैं, अलग अलग जिले अलग अलग एस एस पी सी पी साहबान वो अपने अपने एरियानैस कैंपेन यूथ में इनवॉल्व करना, स्पोर्ट्स एक्टिविटी इनवॉल्व करना, सो एक कॉन्सटेंट लगातार एक स्ट्रगल है जी, लगातार एक वॉर है ड्रग्स के खिलाफ ਜਿਹੜੀ ਕਿ ਆਪਾਂ ਬਹੁਤ ਡਿਟਰਮੀਨੇਸ਼ਨ ਦੇ ਨਾਲ ਲੜ ਰਹੇ ਹਾਂ। ਦੇਖੋ, ਮੈਂ ਇਸ 'ਤੇ ਟਿੱਪਣੀ ਨਹੀਂ ਕਰਦਾ, ਉਹ ਜਿਹੜਾ ਮੁੱਦਾ ਸੀਗਾ ਉਹਦੇ 'ਚ ਅਕਾਲ ਤਖ਼ਤ ਸਾਹਿਬ ਨੇ ਆਲਰੇਡੀ ਕਮੇਟੀ ਬਣਾਈ ਹੋਈ ਹੈ, ਜਥੇਦਾਰ ਸਾਹਿਬ ਨੇ, ਉਹ ਕਮੇਟੀ ਪੂਰਾ ਇਸ਼ੂ ਐਗਜ਼ਾਮਿਨ ਕਰ ਰਹੀ ਹੈ, ਉਹਨਾਂ ਦੀਆਂ ਫਾਈਂਡਿੰਗਸ ਆਉਣਗੀਆਂ, ਔਰ ਪੂਰੇ ਦਾ ਪੂਰਾ ਜਿਹੜਾ ਸਿੱਖ ਪੰਥ ਆ ਉਹ ਅਕਾਲ ਤਖ਼ਤ ਦੇ ਹੁਕਮਾਂ ਨੂੰ ਮੰਨਣ ਤੇ ਪਾਬੰਦ ਆ। ਦੇਖੋ, ਕਿਸੇ ਚੀਜ਼ ਦੇ ਅਸੰਪਸ਼ਨ ਦੇ ਬੇਸ ਦੇ ਉੱਤੇ ਆਪਾਂ ਕੋਈ ਸਟੇਟਮੈਂਟ ਨਹੀਂ ਦੇ ਸਕਦੇ। ਮੈਂ ਇੰਨਾ ਹੀ ਕਹਾਂਗਾ ਕਿ ਪੰਜਾਬ ਪੁਲਿਸ ਹਰ ਤਰ੍ਹਾਂ ਦੀ ਸਥਿਤੀ G20 ਨੂੰ ਲੈ ਕੇ, ਉਹਦੇ ਸਿਕਿਉਰਿਟੀ ਅਰੇਂਜਮੈਂਟਸ ਨੂੰ ਲੈ ਕੇ, ਜਾਂ ਸਟੇਟ ਦੇ ਵਿੱਚ ਹੋਰ ਕਿਸੇ ਵੀ ਸਿਕਿਉਰਿਟੀ ਅਰੇਂਜਮੈਂਟਸ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਆ, ਔਰ ਹਰ ਤਰ੍ਹਾਂ ਦਾ ਜਿਹੜਾ ਕੋਈ ਵੀ ਇਸ਼ੂ ਹੋਏਗਾ ਉਹਨੂੰ ਟੈਕਲ ਕਰਨ ਵਾਸਤੇ ਪੂਰੀ ਤਰ੍ਹਾਂ ਡਿਟਰਮਿਨ। ਜਿਸਮੇ ਕਰੀਬ 8100 ਕੇ ਆਸ ਪਾਸ ਜੋ ਲਾਇਸੈਂਸਿਸ ਹੈ ਵੋ ਰਿਕਮੈਂਡ ਕੀਏ ਗਏ ਫੋਰ ਕੈਂਸਲੇਸ਼ਨ ਐਂਡ ਸਸਪੈਂਸ਼ਨ, ਔਰ 800 ਸੇ ਜ਼ਿਆਦਾ ਲਾਇਸੈਂਸ ਜੋ ਹੈ ਆਲਰੇਡੀ ਕੈਂਸਲ ਹੋ ਚੁੱਕੇ ਹੈ, 1460 ਕੇ ਆਸ ਪਾਸ ਜੋ ਲਾਇਸੈਂਸਿਸ ਹੈ ਆਲਰੇਡੀ ਸਸਪੈਂਡ ਹੋ ਚੁੱਕੇ ਹੈ, ਬਾਕੀ ਜੋ ਪ੍ਰੋਸੈਸ ਹੈ ਵੋ ਇਨ ਪਾਈਪਲਾਈਨ ਹੈ, ਚੱਲ ਰਿਹਾ ਹੈ, ਸੋ ਸਾਰੇ ਕੇ ਸਾਰੇ ਰਿਵਿਊ ਕੀਏ ਜਾ ਰਹੇ ਐਂਡ ਇਟਸ ਆਨਗੋਇੰਗ ਪ੍ਰੋਸੈਸ। ਉਸਕੇ ਬਾਰੇ ਮੈਂ ਮੁਝੇ ਐਸ ਸੱਚ ਕੋਈ ਸਪੈਸੀਫਿਕ ਨੌਲੇਜ ਨਹੀਂ ਹੈ, ਬਟ ਉਹ ਇਟਸ ਪਾਰਟ ਆਫ ਯੂ ਕੈਨ ਸੇ ਦੀ ਇੰਟਾਇਰ ਐਕਸਰਸਾਈਜ਼। ਜਿਤਨੇ ਵੀ ਹਮ ਲਾਇਸੈਂਸਿਸ ਹੈ ਸਾਰੇ ਕੇ ਸਾਰੇ ਹੀ ਹਮ ਜੋ ਹੈ ਉਸਕੋ ਰਿਵਿਊ ਕਰ ਰਹੇ ਹੈਂ, ਔਰ ਉਸਮੇ ਜੋ ਜਿਸਮੇ ਵੀ ਕੋਈ ਵਾਇਲੇਸ਼ਨ ਹੈ ਉਸਕੋ ਸਸਪੈਂਸ਼ਨ ਔਰ ਕੈਂਸਲੇਸ਼ਨ ਆਲਰੇਡੀ ਕੀਆ ਜਾ ਰਹਾ ਹੈ। ਸਰ, ਲਾਸਟ ਇਅਰ ਨਵੰਬਰ ਮੇਂ ਇੱਕ ਗਾਈਡਲਾਈਨ ਸੁਣਾਈ ਗਈ ਥੀ ਜਿਸਮੇ ਇਹ ਥਾ ਕਿ ਜੋ ਪੰਜਾਬੀ ਸਿੰਗਰਸ ਹੈ ਜੋ ਐਲਬਮ ਨਿਕਾਲਤੇ ਉਸਮੇ ਅਗਰ ਇਸ ਤਰ੍ਹਾਂ ਕਹੋ ਹਥਿਆਰ ਦਿਖਾਤੇ ਉਨਕੇ ਖਿਲਾਫ ਕਾਰਵਾਈ ਹੋਗੀ, ਤੋ ਕਿਤਨੇ ਲੋਗੋਂ ਕੇ ਖਿਲਾਫ ਇਸ ਤਰ੍ਹਾਂ ਕੀ ਕਾਰਵਾਈ ਹੋਗੀ? ਦੇਖੀਏ, ਜੋ ਗਲੈਮਰਾਈਜੇਸ਼ਨ ਕੀ ਜੋ ਹੈ ਹਮਾਰੀ 170 ਕੇ ਉੱਪਰ FIR ਹੋ ਚੁੱਕੀ ਹੈ ਅਭੀ ਤੱਕ, ਔਰ ਬਾਕੀ ਵੋ ਇਨਵੈਸਟੀਗੇਸ਼ਨ ਉਨਕੀ ਚੱਲ ਰਹੀ ਹੈ। ਲੇਕਿਨ 26 ਫਰਵਰੀ ਨੂੰ ਘਟਨਾ ਵਾਪਰਦੀ ਹੈ, ਉਸ ਦੌਰਾਨ ਕੋਈ ਕੰਮ ਨਹੀਂ ਕੀਤਾ ਜਾਂਦਾ, ਉਹਦੇ ਬਾਰੇ ਕੋਈ? ਦੇਖੋ, ਉਹਦੇ ਬਾਰੇ ਮੈਨੂੰ ਨੌਲੇਜ ਨਹੀਂ ਆ, ਬਟ ਸਾਡੀ ਉਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜਾ ਕੇਸ ਜੇਲ੍ਹ ਦੇ ਅੰਦਰ ਦਰਜ ਹੋਇਆ ਸੀਗਾ ਉਹਦੀ ਟੀਮ ਬਣੀ ਹੋਈ ਹੈ, ਇਨਵੈਸਟੀਗੇਟ ਕੀਤਾ ਜਾ ਰਿਹਾ ਵਾ,
ਜੇ ਕੋਈ ਤੱਤ ਇਦਾਂ ਦਾ ਸਾਹਮਣੇ ਆਏਗਾ ਨੈਚੁਰਲੀ ਜੋ ਲੀਗਲ ਕੋਰਸ ਹੋਏਗਾ ਅਡਾਪਟ ਕੀਤਾ ਜਾਏਗਾ। ਨਹੀਂ ਸਰ, ਇੱਕ ਪਾਸੇ ਲੈਟਰ ਲਿਖੀ ਜਾਂਦੀ ਹੈ 2 ਮਹੀਨੇ ਪਹਿਲਾਂ ਔਰ ਨਹੀਂ, ਉਹੀ ਮੈਂ ਕਹਿ ਰਿਹਾ, ਉਹ ਮੇਰੇ ਨੌਲੇਜ 'ਚ ਨਹੀਂ ਆ। ਜਦੋਂ ਇਨਵੈਸਟੀਗੇਸ਼ਨ ਹੋਏਗੀ ਉਹਦੇ ਵਿੱਚ ਜੇ ਤੱਤ ਆਉਂਦੇ ਆ ਤਾਂ ਜੋ ਕਾਰਵਾਈ ਬਣਦੀ ਹੋਏਗੀ ਕਿਸੇ ਦੇ ਖਿਲਾਫ ਉਹ ਵੀ ਹੋਏਗੀ। ਉਸ ਦੇਖੋ ਇਹਦੇ 'ਤੇ ਮੈਂ ਕੋਈ ਕਾਰਨ ਨਹੀਂ ਹੁੰਦਾ ਜੀ, ਪੁਲਿਸ ਬੈਂਡ ਸਾਰੀ ਜਗ੍ਹਾ 'ਤੇ ਹੈਗੇ ਆ। ਤੁਸੀਂ ਇਹ ਪਤਾ ਨਹੀਂ ਐਡਾ ਵੱਡਾ ਮੁੱਦਾ ਕਿਸੇ ਨੇ ਕਿਉਂ ਬਣਾ ਦਿੱਤਾ। ਸਾਰੇ ਜ਼ਿਲ੍ਹਿਆਂ 'ਚ ਜਿੰਨੇ ਵੀ ਵੱਡੇ ਜ਼ਿਲ੍ਹੇ ਨੇ ਸਾਰਿਆਂ 'ਚ ਪੁਲਿਸ ਬੈਂਡ ਹੈਗਾ। ਚੰਡੀਗੜ੍ਹ ਪੁਲਿਸ ਕੋਲ ਵੀ ਆਪਣਾ ਪੁਲਿਸ ਬੈਂਡ ਆ, ਫਲੋਰ ਮੈਂ ਉਹੀ ਗੱਲ ਕਰ ਰਿਹਾ ਜੀ, ਉਹੀ ਗੱਲ ਕਰ ਰਿਹਾ, ਉਸ 'ਤੇ ਹੀ ਆ ਰਿਹਾ ਮੈਂ। ਸਾਰੇ ਕਈ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਬੈਂਡ ਅਸਟੈਬਲਿਸ਼ ਕੀਤੇ ਹੋਏ ਆ। ਪੁਲਿਸ ਬੈਂਡ ਜਿਹੜੇ ਨੇ ਉਹ ਦੋਨੇ ਤਰ੍ਹਾਂ ਦੇ ਫੰਕਸ਼ਨ ਕਰਦੇ ਆ, ਪ੍ਰਾਈਵੇਟ ਵੀ ਕਰਦੇ ਆ, ਪੁਲਿਸ ਅਫੀਸ਼ਲਸ ਦੇ ਵੀ ਕਰਦੇ ਆ। ਬਲਕਿ ਕਈ ਲੋਕੀ ਕਿਉਂਕਿ ਇੱਕ ਕਮਿਊਨਿਟੀ ਪੁਲਿਸਿੰਗ ਦਾ ਪਾਰਟ ਆ ਇਹ। ਤੁਸੀਂ ਦੇਖਿਆ ਹੋਣਾ ਹੈ ਟੈਰੋਰਿਜ਼ਮ ਜਦੋਂ ਖਤਮ ਹੋ ਰਿਹਾ ਸੀਗਾ ਤਾਂ ਪੰਜਾਬ ਪੁਲਿਸ ਨੇ ਸਪੈਸ਼ਲੀ ਲਾਰੈਂਸ ਰੋਡ ਅੰਮ੍ਰਿਤਸਰ ਦੇ ਉੱਤੇ ਬੈਂਡ ਡਿਸਪਲੇ ਕੀਤਾ ਸੀਗਾ ਤਾਂ ਜੋ ਲੋਕਾਂ ਦੀ ਔਰ ਪੁਲਿਸ ਦੀ ਇੰਟਰੈਕਸ਼ਨ ਵਧੇ। ਸੋ ਇਸੇ ਕਰਕੇ ਉਹ ਬੈਂਡ ਸ਼ੁਰੂ ਕੀਤੇ ਗਏ ਸੀ, ਲੋਕਾਂ ਦੇ ਵਿਆਹਾਂ ਦੇ ਉੱਤੇ ਪੁਲਿਸ ਬੈਂਡ ਜਾਏਗਾ, ਪਬਲਿਕ ਪੁਲਿਸ ਇੰਟਰੈਕਸ਼ਨ ਵਧੇਗੀ। ਸੋ ਇਹ ਕਮਿਊਨਿਟੀ ਪੁਲਿਸਿੰਗ ਦਾ ਇੱਕ ਪਾਰਟ ਆ, ਇਹ ਕੋਈ ਪੈਸੇ ਕਮਾਉਣ ਦਾ ਜ਼ਰੀਆ ਨਹੀਂ ਆ। ਜੇ ਤੁਸੀਂ ਪੈਸੇ ਦੇਖੋਗੇ ਤਾਂ ਪ੍ਰਾਈਵੇਟ ਬੈਂਡ ਦੇ ਮੁਕਾਬਲੇ 'ਤੇ ਉਹ ਕੱਖ ਵੀ ਨਹੀਂ ਆ, ਉਹ ਪੈਸੇ ਬਿਲਕੁਲ ਨੋਮੀਨਲ ਪ੍ਰਾਈਸਿਸ ਆ। ਬਟ ਮੈਂ ਜਿਹੜੀ ਗੱਲ ਕਰ ਰਿਹਾ ਜੀ, ਇਹ ਇੱਕ ਤਰ੍ਹਾਂ ਦਾ ਇੱਕ ਇੰਟਰੈਕਸ਼ਨ ਵੱਧਦੀ ਆ। ਕਿਸੇ ਦੇ ਵਿਆਹ ਦੇ ਉੱਤੇ ਪੁਲਿਸ ਬੈਂਡ ਜਾਂਦਾ ਵਾ, ਲੋਕ ਪਸੰਦ ਕਰਦੇ ਆ। ਸੋ ਇਟਸ ਪਾਰਟ ਆਫ ਕਮਿਊਨਿਟੀ ਪੁਲਿਸ। ਪੰਜਾਬ ਪੁਲਿਸ ਬੈਂਡ ਦੀ ਇੱਕ ਲੈਗੇਸੀ ਹੈ, ਆਪਣੇ ਬੜੇ ਬੜੇ ਇਵੈਂਟਸ ਹੁੰਦੇ ਆ, 15 ਅਗਸਤ, 26 ਜਨਵਰੀ ਔਰ ਜੋ ਵੀ ਸਟੇਟ ਲੈਵਲ ਦੇ ਪ੍ਰੋਗਰਾਮਸ ਹੁੰਦੇ। ਦੇਖੋ ਕੋਈ ਸਾਡੀ ਪ੍ਰਾਇੋਰਟੀ ਜਿਹੜੀ ਆ ਉਹ ਹਮੇਸ਼ਾ ਸੈਰੇਮੋਨੀਅਲ ਹੁੰਦੀ ਆ। ਇਹ ਸਿਰਫ ਜਦੋਂ ਟਾਈਮ ਹੁੰਦਾ ਹੈ ਉਹਨਾਂ ਦਿਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਐਂਡ ਹਰ ਬੰਦਾ ਪਸੰਦ ਕਰਦਾ ਹੈ, ਹਰ ਪ੍ਰਾਈਵੇਟ ਬੰਦਾ ਪਸੰਦ ਕਰਦਾ ਹੈ। ਔਰ ਮੈਂ ਜਿੱਦਾਂ ਦੁਬਾਰਾ ਕਹਿ ਰਿਹਾ, ਕਮਿਊਨਿਟੀ ਪੁਲਿਸਿੰਗ ਦਾ ਬੜਾ ਵੱਡਾ ਇੱਕ ਇਨੀਸ਼ੀਏਟਿਵ ਹੈ। ਸਰ, ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਸਾਥੀ, ਉਹਨਾਂ ਦਾ ਲਾਇਸੈਂਸ ਜਿਹੜੇ ਹਥਿਆਰਾਂ ਦਾ ਉਹ ਰਿਵਿਊ ਕਰਨ ਦੀ ਜਿਹੜੀ ਗੱਲ ਕੀਤੀ ਗਈ ਸੀ, ਹੁਣ ਤੱਕ ਦੇਖੋ ਸਪੈਸੀਫਿਕ ਰਾਠੀ ਜੀ ਮੈਨੂੰ ਨਹੀਂ ਪਤਾ ਇਹਦੇ ਬਾਰੇ 'ਚ, ਬਟ ਸਾਰੇ ਦੇ ਸਾਰੇ ਲਾਇਸੈਂਸਿਸ ਜਿਹੜੇ ਨੇ ਉਹ ਰਿਵਿਊ ਕੀਤੇ ਜਾ ਰਹੇ ਆ। ਸੋ ਉਸ ਐਕਸਰਸਾਈਜ਼ ਦਾ ਪਾਰਟ ਹੋ ਸਕਦਾ ਹੈ। ਸਰ, G23 ਦੀ ਸਿਕਿਉਰਿਟੀ ਲੈਕਟ ਜਿਹੜੇ ਹੁਣ ਪਿੱਛੇ ਜੇ ਸਰਚ ਵਗੈਰਾ ਚੱਲੀ ਆ, ਉਹਦੇ ਵਿੱਚ ਕੋਈ ਇਲੀਗਲ ਵੈਪਨਸ ਰਿਕਵਰ ਹੋਏ ਆ, ਕੋਈ ਇਹੋ ਜਿਹੇ ਮਿਲੇ ਆ? ਨਹੀਂ, ਦੇਖੋ ਐਸ ਸੱਚ ਕੋਈ ਸਪੈਸੀਫਿਕ ਉਸ ਜਗ੍ਹਾ ਤੋਂ ਇੱਦਾਂ ਦਾ ਕੋਈ ਨਹੀਂ ਮਿਲਿਆ ਸਾਨੂੰ, ਬਟ ਉਹ ਲਗਾਤਾਰ ਸਾਡੇ ਜਿਹੜੇ ਆ ਸਰਚ ਆਪਰੇਸ਼ਨਸ ਉਸ ਏਰੀਏ ਦੀ ਜਿਹੜੀ ਸਰਵੇਲੈਂਸ ਆ ਉਹ ਲਗਾਤਾਰ ਜਾਰੀ ਆ। ਪਰ ਜਿਵੇਂ ਇਹ ਥ੍ਰੈਟ ਵਗੈਰਾ ਦਿਆ ਹੈ ਕਿ ਰੇਲ ਰੋਕੋ ਹੈ, ਵੀਡੀਓ ਥ੍ਰੈਟਸ ਦਿਏ ਜਾ ਰਹੇ ਹੈ, ਯੂਐਸ ਸੇ ਥ੍ਰੈਟ ਦਿਏ ਜਾ ਰਹੇ ਹੈ, ਕਿਸ ਤਰ੍ਹਾਂ ਸੇ ਦੇਖੀਏ ਪੰਜਾਬ? ਦੇਖੀਏ, ਮੈਂ ਉਹੀ ਕਹਿ ਰਹਾ ਹੂੰ ਕਿ ਕੋਈ ਪ੍ਰੋਸੈਸ਼ਨ, ਪ੍ਰੋਟੈਸਟ, ਸਿਕਿਉਰਿਟੀ ਥ੍ਰੈਟਸ, ਹਰ ਚੀਜ਼ ਕੋ ਮੱਦੇ ਨਜ਼ਰ ਰੱਖਦੇ ਹੋਏ ਹਮਨੇ ਆਪਣੇ ਸਿਕਿਉਰਿਟੀ ਪ੍ਰੋਗਰਾਮਸ ਹੈ ਜੋ ਉਹ ਡਿਜ਼ਾਈਨ ਕੀਏ ਹੈ, ਔਰ ਹਰ ਚੀਜ਼ ਸੇ ਨਿਪਟਨੇ ਕੇ ਲੀਏ ਸਕਸ਼ਮ ਹੈ ਪੰਜਾਬ ਪੁਲਿਸ। ਤੋ ਥ੍ਰੈਟਸ ਹੈ ਸਰ? ਨਹੀਂ, ਆਈ ਕੈਨੋਟ ਸੇ ਦੈਟ, ਆਈ ਕੈਨੋਟ ਸੇ ਐਂਡ ਆਈ ਕੈਨੋਟ ਸ਼ੇਅਰ। ਪਰ ਉਹਦੇ ਉੱਪਰ ਕਿਸੇ ਤਰ੍ਹਾਂ ਦੀ ਕਾਰਵਾਈ ਹੋਗੀ ਜੋ YouTube ਤੇ ਔਰ ਬਾਕੀ ਚੀਜ਼ਾਂ ਤੇ ਇਸ ਤਰ੍ਹਾਂ ਕਿ ਦੱਸੇ? ਉਹ ਤਾਂ ਇੱਕ ਕੇਸ ਬਾਈ ਕੇਸ ਬੇਸਿਸ ਤੇ ਹੈ। ਸਰ, ਜੰਮੂ ਕਸ਼ਮੀਰ ਚ ਵੀ ਜਿਹੜੀ ਵੱਡੀ ਹੋਣ ਵਾਲਾ, ਇਸ ਤੋਂ ਬਾਅਦ ਉਹਦੇ ਚ ਵੀ ਜਿਹੜੀ ਇੰਟੈਲੀਜੈਂਸ ਦੀ ਜਿਹੜੀ ਫੋਰਸ ਨੇ ਉਹਦੇ ਆਧਾਰ ਤੇ ISI ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਹਮਲਾ ਕਰਨ ਦੀ ਆਪਣੀ ਸਾਜ਼ਿਸ਼ ਜਿਹੜੀ ਕੀਤਾ ਜਾ ਰਿਹਾ ਹੈ। ਆਪਣੇ ਪੰਜਾਬ ਚ ਜਿਹੜਾ G20 ਹੋ ਰਿਹਾ, ਕੋਆਰਡੀਨੇਸ਼ਨ ਦੂਜੇ ਸਟੇਟ ਦੇ ਨਾਲ ਵੀ ਕੀਤਾ ਜਾ ਰਿਹਾ ਹੈ? ਮੈਂ ਤਾਂ ਤੁਹਾਨੂੰ ਰਾਤੀ ਜੀ ਉਹੀ ਕਹਿ ਰਿਹਾ ਹਾਂ ਕਿ G20 ਨੂੰ ਦੇ ਮੱਦੇਨਜ਼ਰ ADGP ਸਿਕਿਉਰਿਟੀ ਨੂੰ ਨੋਡਲ ਆਫੀਸਰ ਇਸ ਲਈ ਬਣਾਇਆ ਗਿਆ ਸੀਗਾ ਕਿਉਂਕਿ ਸਾਰੀਆਂ ਏਜੰਸੀਜ਼ ਦੇ ਨਾਲ, ਬਾਕੀ ਸਟੇਟਸ ਦੇ ਨਾਲ, ਸਾਰਿਆਂ ਨਾਲ ਹੀ ਕੋਆਰਡੀਨੇਸ਼ਨ ਦੀ ਬੜੀ ਜ਼ਰੂਰਤ ਹੈ ਇਹਦੇ ਵਿੱਚ। ਸੋ ਟੋਟਲ ਇਹਦੀ ਜੁਆਇੰਟ ਮੀਟਿੰਗਸ, ਜੁਆਇੰਟ ਕੋਆਰਡੀਨੇਸ਼ਨ ਮੀਟਿੰਗਸ ਬਹੁਤ ਸਾਰੀਆਂ ਹੋਈਆਂ ਹੈ, ਔਰ DGP ਸਾਹਿਬ ਅੱਜ ਆਪ ਅੰਮ੍ਰਿਤਸਰ ਗਏ ਆ, ਉਹ ਖੁਦ ਸੁਪਰਵਾਈਜ਼ ਕਰ ਰਹੇ ਆ ਸਾਰੇ ਓਪਰੇਸ਼ਨ ਨੂੰ। ਸੋ ਸਾਰਿਆਂ ਨਾਲ ਬਹੁਤ ਅੱਛਾ ਤਾਲਮੇਲ ਹੈ ਇਸ ਸੰਬੰਧ ਵਿੱਚ।
ਉਹ ਨਹੀਂ ਸ਼ੇਅਰ ਕਰ ਸਕਦੇ ਆਪਾਂ। ਦੇਖੋ ਨੰਬਰ ਆਫ ਫੋਰਸ ਕਿੰਨੀ ਲਗਾਈ ਗਈ ਉਹ ਨਹੀਂ ਸ਼ੇਅਰ ਕੀਤਾ ਜਾ ਸਕਦਾ। ਗਿੱਲ ਸਾਹਿਬ ਜਿਹੜਾ ਬਹੁਤ ਹੀ ਕੰਟਰੋਵਰਸੀ ਜੀ ਰਹੀ ਹੈ ਕਿ ਜਨਾਲਾ ਜਿਹੜਾ ਕਾਂਡ ਹੋਇਆ ਬੜਾ ਕੁਝ ਜ਼ਖਮੀ ਹੋਇਆ ਆਪਣੇ ਬੰਦੇ ਆ ਕੇ ਔਰ ਕਾਫੀ ਓਪੋਜੀਸ਼ਨ ਤਾਂ ਜੋ ਵੀ ਅਲੱਗ ਅਲੱਗ ਕਾਫੀ ਵਿਰੋਧ ਹੋਈ, ਲੇਕਿਨ ਆਪਣਾ ਐਫ ਆਈ ਆਰ ਜਿਹੜੀ ਆ ਉਹ ਤਫਤੀਸ਼ ਕਿੱਥੇ ਤੱਕ ਪਹੁੰਚੀ ਹੈ ਔਰ ਐਫ ਆਈ ਆਰ ਕਦੋਂ ਦਰਜ ਹੋਈ? ਨਹੀਂ ਉਹਦੇ ਬਾਰੇ ਮੇਰੀ ਡਿਟੇਲ ਮੇਰੇ ਕੋਲ ਹੈ ਨਹੀਂ ਆ ਆਪਣੇ ਬਾਜੋ ਜੀ, ਜਦੋਂ ਆਉਣਗੇ ਮੈਂ ਸ਼ੇਅਰ ਕਰਾਂਗਾ। ਠੀਕ ਹੈ ਸਰ, ਹਾਂਜੀ, ਥੈਂਕ ਯੂ। ताज़ा अपडेट्स व बड़ी खबरों के लिए सब्सक्राइब करें अर्थ प्रकाश टीवी और बेल आइकन दबाना न भूलें।